ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਵਰਸ ਮੈਂ ਹਾਂ ਤੁਹਾਡੀ ਹੋਸਟ ਅਨਿਲਮਕੌਰ ਤਾਂ ਮੈਂ ਟੀਵੀਐਫ ਦੇ ਸਾਰੇ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮਰ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਫੈਲ ਸੰਦਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਐਮਐਸਓਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਂਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਪੈਣਾ ਭਰਾਵਾਂ ਨੂੰ ਅਸਲਾਮ ਅਲਾਈਕੁਮ ਜੀਰਾ ਸਬਜ਼ੀਆਂ ਨੂੰ ਪ੍ਰੋਗਰਾਮਰ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀਰਾ ਸਾਹਿਬ ਅੱਜ 12 ਫਰਵਰੀ 2021 ਪਹਿਲੀ ਫੱਗਨ ਨਾਨਕ ਸ਼ਹੀਦ ਸੰਮਤ 500 52 ਦਾ ਦੇਣਾ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਰ ਦਸ਼ਕਾਂ ਤੇਸ ਰੋਤਿਆਂ ਨੂੰ ਹਮੇਸ਼ਾ ਤਰੰਦਾਸੀ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦੇਣ ਦਾ ਇਕੋ ਇਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਬੈਲਫੇਵ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਹਨ ਆਈ ਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸਾਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਵਾਹਿਗੁਰੂ ਅੱਗੇ ਅੱਲਾਹ ਤਾਲਾ ਕੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਖੁਸ਼ੀਆਂ ਭਰਿਆ ਚਾਵਾਂ ਭਰਿਆ ਗੁਜ਼ਰੇ ਸੋ ਅਸੀਂ ਮੰਡੇ ਤੁਹਾਨੂੰ ਫਿਰ ਮਿਲਾਂਗੇ ਜਿਹੜੇ ਕਰੰਟ ਇਸ਼ੂ ਲੈ ਕੇ ਬਟ ਜਿਹੜੇ ਅੱਜ ਦੇ ਜਿਹੜੇ ਇਸ਼ੂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰੀਏ ਜਿਹੜੀਆਂ ਡਿਵੈਲਪਮੈਂਟਸ ਮੈਂ ਹੋਈਆਂ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਵਿਊਅਰਜ਼ ਅੱਜ 12 ਫਰਵਰੀ ਦੇ ਦਿਨ ਇਤਿਹਾਸਕ ਗੁਰਦੁਆਰਾ ਸਾਇਰ ਫਤਿਹਗੜ੍ਹ ਸਾਹਿਬ ਦੇ ਵਿੱਚ ਵੇਮੀ ਸਦੀ ਦੇਮ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾ ਵਾਲਿਆਂ ਦਾ ਜਿਹੜਾ ਜਨਮਦਨ ਬੜੇ ਹੀ ਜੋਸ਼ੋਖ ਰੋਸ਼ ਦੇ ਨਾਲ ਮਨਾਇਆ ਗਿਆ ਔਰ ਇਸ ਇਕੱਠ ਦੇ ਵਿੱਚ ਦੂਦ ਰੇਡੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਸਿੰਘਣੀਆਂ ਨੇ ਜਿਹੜੇ ਪਾਰਟਿਸਪੇਟ ਕੀਤਾ ਸੋ ਦਿੱਲੀ ਤੇ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਉਣ ਵਾਲੇ ਭਾਈ ਜੁਗਰਾਜ ਸਿੰਘਾਂ ਤੇ ਭਾਈ ਗੁਰਜਾਨ ਸਿੰਘ ਦੇ ਪਰਿਵਾਰਾਂ ਦਾ ਜਿਹੜਾ ਉਹ ਸਨਮਾਨ ਨਹੀਂ ਕੀਤਾ ਗਿਆ ਸੋ लाल किले ते निशान साहिब ਝਲੌਣ ਨੂੰ ਇੱਕ ਮਹਾਨ ਯਾਦਗਾਰੀ ਜਿਹੜਾ ਕਦਮ ਹੈ ਉਹ ਦੱਸਿਆ ਗਿਆ ਰੋ ਸੰਤ ਭਿੰਡਰਾ ਵਾਲਿਆਂ ਦੀ ਸ਼ਖਸੀਅਤ ਅਤੇ ਫਤਗੜ ਸਾਹਿਬ ਦੇ ਲਾ ਮਿਸਾਲ ਇਕੱਠ ਤੇ ਵਿੱਚ ਲਏ ਗਏ ਫੈਸਲਿਆਂ ਬਾਰੇ ਆਪਾਂ ਵਿਚਾਰ ਸਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਦਰ ਸਾਹਿਬ ਕੀ ਕਹਿਣਾ ਚਾਹੋਗੇ ਅਹ ਦੇਖੋ ਅੱਜ ਜਿੱਥੇ ਫਗਣ ਮਹੀਨੇ ਦੀ ਸ਼ੁਰੂਆਤ ਹੈ ਪਹਿਲੀ ਫਗਣ ਹੈ ਨਾਨਕਸ਼ਹੀ ਕੈਲੰਡਰ ਮੁਤਾਬਕ ਜੀ ਉੱਥੇ 12 ਫਰਵਰੀ ਦਾ ਦਿਨ ਬੇਸ਼ੱਕ ਸੰਤ ਜਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਤਾਂ 2 ਜੂਨ ਦਾ ਦਿਨ ਹੈ ਜੀ 2 ਜੂਨ 1947 ਨੂੰ ਉਹਨਾਂ ਦੀ ਪੈਦਾਇਸ਼ ਪਿੰਡ ਰੋਡੇ ਜ਼ਿਲ੍ਹਾ ਮੋਗਾ ਦੇ ਵਿੱਚ ਹੋਈ ਸੀ لیکن ਜਵੇਂ ਜਦੋਂ ਸਰ ਸਮਜੀਤ ਸਿੰਘ ਮਾਨ ਕੁਝ ਵਰੇ ਪਹਿਲਾਂ ਕੈਨੇਡਾ ਆਏ ਔਰ ਮੈਂ ਵੀ ਕੈਨੇਡਾ ਗਿਆ ਹੋਇਆ ਸੀ ਔਰ ਉਹਨਾਂ ਦੇ ਨਾਲ ਕੁਝ ਵਕਤ ਟ੍ਰਾਂਟੋ ਤੋਂ ਆਟਵਾ ਤੱਕ ਆਟਵਾ ਜਿਹੜਾ ਮੁਰਾਕਾਤਾਂ ਵੀ ਸੀ ਮੈਂਬਰਸ ਆਫ ਪਾਰਲੀਮੈਂਟ ਨਾਲ ਤੇ ਇਹ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਸੀ ਉਹ ਰਾਜ ਫਤਿਹਗੜ੍ਹ ਸਾਹਿਬ ਦੀ ਸਟੇਜ ਤੋਂ ਵੀ ਇਹ ਦੁਹਰਾਇਆ ਗਿਆ ਉਹਨਾਂ ਨੇ ਕਿਹਾ ਜੀ ਕਿ ਇੱਕ ਪੀਰੀਅਡ ਸੀ ਔਰ ਇਹ ਉਹ ਪੀਰੀਅਡ ਹੈ 1994-95 ਦਾ 1992 ਤੋਂ 95 ਤੱਕ ਜਦੋਂ ਤੱਕ 31 ਅਗਸਤ 1995 ਨੂੰ ਚੀਫ ਮਿਨਿਸਟਰ ਬਿਆਨਤੇ ਦਾ ਅੰਤ ਨਹੀਂ ਹੋਇਆ ਪੰਜਾਬ ਦੇ ਵਿੱਚ ਇੱਕ ਪੂਰੀ ਸਟੇਟ دہشت گردੀ ਸੀ 50000 ਤੋਂ ਜ਼ਿਆਦਾ ਸਿੱਖ ਨੌਜਵਾਨ ਇਸ ਪੀਰੀਅਡ ਦੇ ਵਿੱਚ ਘਰੋਂ ਚੁੱਕ ਕੇ ਮਾਰੇ ਗਏ ਸੀ ਔਰ ਜਿਸ ਘਰੋਂ ਸੰਤ ਪਿੰਡਾ ਵਾਲਿਆਂ ਦੀ ਤਸਵੀਰ ਮਿਲਦੀ ਸੀ ਜਾਂ ਈਵਨ ਕਿਤੇ ਕੋਈ ਕਿਤਾਬ ਵੀ ਉਹ ਜਿਹੜੀ ਹੈ ਉਹ ਸਿੱਖ ਇਤਿਹਾਸ ਜਾਂ ਅਜੋਕੇ ਸੰਘਰਸ਼ ਨਾਲ ਸੰਬੰਧਿਤ ਮਿਲਦੀ ਸੀ ਉਹਨਾਂ ਨੂੰ ਵੀ ਝੂਠੇ ਮੁਕਾਬਲੇ 'ਚ ਮਾਰਿਆ ਜਾਂਦਾ ਸੀ ਸੋ ਉਹਨਾਂ ਨੇ ਆਪਣੇ ਪਾਰਟੀ ਦੇ ਵਰਕਰਸ ਦੇ ਨਾਲ ਆਗੂਆਂ ਦੇ ਨਾਲ ਗੱਲ ਕੀਤੀ ਕਿ ਭਾਈ ਇਹ ਪਾੜ ਤਾਂ ਠੀਕ ਨਹੀਂ ਹੈ ਔਰ ਸਾਨੂੰ ਸੰਤ ਪਿੰਡਾਂ ਵਾਲਿਆਂ ਦੀ ਜੇ ਉਹਨਾਂ ਦੀ ਜੇ ਯਾਦ ਖਤਮ ਹੋ ਗਈ ਤਾਂ ਉਹਨਾਂ ਦੀ ਸੋਚ ਖਤਮ ਹੋ ਜਾਏਗੀ ਬਿਲਕੁਲ ਔਰ ਇਹ ਗੁਲਾਮੀ ਦੇ ਵਿੱਚ ਧੱਕਣ ਦੀ ਲਾਈਨ ਹੋਏਗੀ ਸਾਨੂੰ ਇਹਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਯਾਦ ਕਰਨਾ ਚਾਹੀਦਾ ਸੋ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਈ ਕਿਉਂਕਿ ਉਦੋਂ ਸੰਤ ਪੰਡਰਾਵਾਲੇ ਸ਼ਹੀਦ ਹੋਏ ਨੇ ਜਾਂ ਨਹੀਂ ਹੋਏ ਇਸ ਬਾਰੇ ਨਤਪੇ ਚੱਲ ਰਹੇ ਸੀ ਉਸ ਵੜੇ ਦਮਦਮੀ ਟਕਸਾਲ ਦੇ ਮੁਖੀ ਸੰਤਾ ਦੇ ਚੜ੍ਹਦੀ ਕਲਾ ਚ ਹੋਣ ਦੀ ਗੱਲ ਕਰ ਰਹੇ ਸੀ ਬੀਐਸਸੀ ਵਿਵਾਦ 'ਚ ਨਹੀਂ ਪਏ ਔਰ ਜਦੋਂ ਉਹਨਾਂ ਨੇ ਇਹ ਗੱਲਬਾਤ ਕੀਤੀ ਜਨਵਰੀ ਦਾ ਮਹੀਨਾ ਹੋਏਗਾ ਉਹਨਾਂ ਨੇ ਕਿਹਾ ਜੀ ਕਿ ਜਨਮ ਦਿਨ ਤਾਂ ਫਿਰ ਉਹਨਾਂ ਦਾ 2 ਜੂਨ ਦਾ ਰਣ ਕਿਹਾ ਵੀ ਟੂ ਲੇਟ ਹੈ ਸਾਨੂੰ ਇਹ ਇਮੀਡੀਏਟਲੀ ਸ਼ੁਰੂ ਕਰਨਾ ਚਾਹੀਦਾ ਸੋ ਉਹਨਾਂ ਨੇ 12 ਫਰਵਰੀ ਦਾ ਦਿਨ ਚੁਣਿਆ ਔਰ ਜ਼ਾਹਰ ਹੈ ਕਿ ਅਸੀਂ ਦੇਖਦੇ ਹਾਂ ਕਿ ਹੁਣ ਇਲੇ باوجود ਕਿ ਇਸ ਵੇੜੇ ਬਹੁਤ ਸਾਰਾ ਪੰਜਾਬ ਦਾ ਪਿੰਡੂ ਸਿੱਖ ਜਿਹੜਾ ਰੀਡ ਦੀ ਹੱਡੀ ਹੈ ਸਾਰੇ ਸੰਘਰਸ਼ ਦੀ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਔਰ ਸਾਰਾ ਕੁਝ ਜਿਹੜਾ ਸਾਰਾ ਜ਼ੋਰ ਔਰ ਸਾਰਾ ਤਾਨ ਕਿਸਾਨੀ ਸੰਘਰਸ਼ ਵਾਂ ਲੱਗਾ ਹੋਇਆ ਔਰ ਇਹ ਲੱਗਦਾ ਸੀ ਕਿ ਵੀ ਇਸ ਵਾਰ ਸ਼ਾਇਦ ਉਨ੍ਹਾਂ ਪਰ ਵਾਹ ਇਕੱਠਾ ਨਾ ਹੋ ਸਕੇ ਪਰ ਇਹ ਹੁੰਦਾ ਜਦੋਂ ਅਸੀਂ ਕਿਸੇ ਦੀ ਕੰਟਰੀਬਿਊਸ਼ਨ ਔਰ ਖਾਸ ਤੌਰ ਤੇ ਸ਼ਹੀਦ ਦਾ ਰਤਬਾ ਔਰ ਜਿਹੜੇ ਸਾਬਤ ਕਦਮਾਂ ਦੇ ਨਾਲ ਸੱਚ ਹੱਕ ਇਨਸਾਫ ਲਈ ਕਰਉਂਦੇ ਨੇ ਉਹਨਾਂ ਦੀ ਫਿਰ ਸ਼ਹਾਦਤ ਦੇ ਵਿੱਚ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਹਨੂੰ ਇੱਕ ਸ਼ਾਇਰ ਨੇ ਕਿਹਾ ਸੀ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹੈ ਹਯਾਤ ਹੈ ਹਯਾਤ ਜ਼ਿੰਦਗੀ ਨੂੰ ਕਹਿੰਦੇ ਨੇ ਕਿ ਜਿਹੜਾ ਸ਼ਹੀਦ ਹੁੰਦਾ ਹੈ ਉਹਦੀ ਸ਼ਹੀਦੀ ਤਾਂ ਮੋਟੀਵੇਟ ਕਰਦੀ ਹੈ ਜ਼ਿੰਦਗੀ ਦਿੰਦੀ ਹੈ لیکن ਉਹਦੀ ਜ਼ਿੰਦਗੀ ਦਾ گزارਿਆ ਹਰ ਪਲ ਵੀ ਜਿਹੜਾ ਉਹ ਜ਼ਿੰਦਗੀ ਦੇਣ ਵਾਲਾ ਬਣ ਜਾਂਦਾ ਸੋ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲੇ ਇਹੋ ਜਿਹੀ ਸ਼ਖਸੀਅਤ ਨੇ 1947 ਦੇ ਵਿੱਚ 2 ਜੂਨ ਨੂੰ ਉਹਨਾਂ ਦਾ ਜਨਮ ਹੁੰਦਾ ਹੈ ਔਰ 1984 5 ਔਰ 6 ਜੂਨ ਦੀ ਰਾਤ ਦਰਮਿਆਨੀ ਰਾਤ ਚ ਟੈਂਕਾਂ ਤੋਪਾਂ ਦੇ ਉਸ ਹਮਰੇ ਤੋਂ ਬਾਅਦ ਅਗਲੀ ਸਵੇਰ ਉਹ ਸ਼ਬਦ ਪੜਦੇ ਆ ਬਾਹਰ ਨਿਕਲਦੇ ਨੇ ਔਰ ਆ ਕੇ ਜਿੱਥੇ ਚੰਡੇ ਬੁੰਗੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਕਾਲ ਤਖਤ ਅਰ ਦਸ਼ਨੀ ਜੋੜੀ ਦੇ ਵਿਚਕਾਰ ਉੱਥੇ ਉਹ ਸ਼ਹੀਦੀ ਪਾਉਂਦੇ ਨੇ ਔਰ ਉਹਨਾਂ ਦੀ ਛਾਤੀ ਤੇ 72 ਗੋਲੀਆਂ ਲੱਗੀਆਂ ਹੋਈਆਂ ਸੀ ਪਿੱਠ ਤੇ ਕੋਈ ਨਹੀਂ ਸੀ ਔਰ ਜਿਹੜਾ ਉਹਨਾਂ ਦਾ ਸੰਕਲਪ ਸੀ ਜਿਹੜਾ ਉਹ ਦौराਂਦੇ ਸੀ ਔਰ ਜਿਵੇਂ ਉਹਨਾਂ ਚੰਦ ਮੁੱਠੀ ਪਰ ਸਿੱਖਾਂ ਨੇ 40 ਤੋਂ 50 ਦੇ ਕਰੀਬ ਮੈਕਸਿਮਮ ਜਜਾਰੂ ਸਿੰਘ ਸਨ ਜਰਨਲ ਸੁਬੇਕ ਸਿੰਘ ਪਾਈ ਅਮਰੀਕ ਸਿੰਘ ਉਹਨਾਂ ਦੀ ਕਮਾਂਡ ਥੱਲੇ ਪਰ ਜਿਵੇਂ ਉਹਨਾਂ ਨੇ ਭਾਰਤੀ ਫੌਜ ਦੇ ਛੱਕੇ ਛੁਡਾਏ 72 ਘੰਟੇ ਉਹਨਾਂ ਨੂੰ ਜਿਹੜਾ ਨੇੜੇ ਨਹੀਂ ਲੱਗਣ ਦਿੱਤਾ ਔਰ ਉਹੀ ਉਹਨਾਂ ਦਾ ਮੌਕੇ ਦਾ ਖੜਾ ਕੀਤਾ ਹੋਇਆ ਟੁਕੜਬੋਚ ਜਰਨੈਲ ਬਰਾੜ ਜਿਹਨੂੰ ਜਿਹਨੇ ਜਦੋਂ ਮਈ ਦੇ ਅਖੀਰਲੇ ਦਿਨਾਂ 'ਚ ਫੌਜ ਪੰਜਾਬ ਦੇ ਵਿੱਚ ਆਂਦੀ ਹੈ ਔਰ ਉਹ ਇੱਕ ਮੀਟਿੰਗ ਸਾਧਿਆ ਜਿਹਦੇ 'ਚ ਡੀਜੀ ਉਹਦਾ ਬੀਐਸਐਫ ਦਾ ਜਿਹੜਾ ਡਾਇਰੈਕਟਰ ਜਨਰਲ ਹੈ ਉਹ ਵੀ ਹੈ ਔਰ ਡਿਪਟੀ ਕਮਿਸ਼ਨਰ ਅਮਰਸਰ ਵੀ ਹੈ ਦੂਸਰੇ ਵੀ ਨੇ ਔਰ ਉਹਦੇ ਚ ਜਿਹੜਾ ਡਾਇਰੈਕਟਰ ਜਨਰਲ ਬੀਐਸਐਫ ਹੈ ਸ਼ਾਇਦ ਉਹਨਾਂ ਦਾ ਪੰਦੇਰ ਨਾਂ ਸੀ ਉਹ ਉਹਨਾਂ ਨੂੰ ਕਹਿੰਦਾ ਕਿ ਭਾਈ ਇਹ ਤੁਸੀਂ ਜਿਹੜਾ ਜੋ ਤਰੀਕਾ ਜੋ ਨੇ ਆਪਣਾ ਚਾਰਟ ਲਟਕਾ ਕੇ ਦੱਸਿਆ ਵੀ ਅਸੀਂ ਇਹ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਮੈਂ ਵਾਕਫ ਹਾਂ ਰਹੀ ਗੱਲ ਜਿਹੜੇ ਉਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਗੁਰਦੇਵ ਸਿੰਘ ਬਰਾੜ ਜੀ ਉਹਨਾਂ ਨੇ ਵੀ ਕਹੀ ਉਹਨਾਂ ਨੇ ਕਿਹਾ ਵੀ ਅਸੀਂ ਬੜੀ ਚੰਗੀ ਤਰ੍ਹਾਂ ਵਾਕਫ ਹਾਂ ਜਿਹੜੇ ਪਿੰਡਾਂ ਵਾਲੇ ਔਰ ਉਹਨਾਂ ਦੇ ਨਾਲ ਦੇ ਸਿੰਘ ਨੇ ਉਹ ਹੋਰ ਮਿੱਟੀ ਦੇ ਬਣੇ ਹੋਏ ਨੇ ਔਰ ਉਹ ਬੜੇ غرੂਰ ਦੇ ਨਾਲ ਬਰਾੜ ਕਹਿੰਦਾ ਕਿ ਜਦੋਂ ਹਵਾ ਚ ਜਹਾਜ਼ ਛੂਕਦੇ ਨੇ ਟੈਂਕ ਗੜਗੜਾਉਂਦੇ ਨੇ ਤੋਪਾਂ ਦਾ ਜਿਹੜਾ ਉਹ ਸ਼ੋਰ ਗੂੰਜਦਾ ਤੇ ਵੱਡਿਆਂ ਵੱਡਿਆਂ ਦੀਆਂ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਔਰ ਉਹਦੇ ਇਹ ਕਹਿਣ ਤੋਂ ਬਾਅਦ ਜਿਹੜਾ ਡੀਜੀਪੀ ਉਹ ਕਹਿੰਦਾ ਜੀ ਮੈਨੂੰ ਤਾਂ ਫਿਰ ਤੁਸੀਂ ਇਜਾਜ਼ਤ ਦੇ ਉੱਠ ਕੇ ਚਲਾ ਜਾਂਦਾ ਹੈ ਡੀਸੀ ਅੰਮ੍ਰਿਤਸਰ ਵੀ ਛੁੱਟੀ ਤੇ ਚਲੇ ਗਿਆ ਲੌਂਗ ਲੀਵ ਲੇਕਿਨ ਹੁਣ ਉਹੀ ਜਿਹੜਾ ਪਹਿਲੀ ਜੂਨ ਨੂੰ ਇਸ ਕਿਸਮ ਦੀ ਗੱਲ ਕਰਨ ਵਾਲਾ ਬਰਾੜ ਹੈ ਜਦੋਂ 6 ਜੂਨ ਤੱਕ ਇਹ ਪੂਰਾ ਖਤਮ ਕਰਦੇ ਨੇ ਔਰ ਸੈਂਕੜਿਆਂ ਦੀ ਗਿਣਤੀ ਚ ਫੌਜੀ ਮਾਰੇ ਜਾਂਦੇ ਨੇ ਔਰ ਟੈਂਕ ਤੋਪਾਂ ਉਹ ਲੈ ਕੇ ਆਉਂਦੇ ਨੇ ਇਹਦੇ ਬਾਵਜੂਦ ਟੈਂਕ ਵੀ ਡਿਸਟਰੋਏ ਹੁੰਦਾ ਔਰ ਕਿਵੇਂ ਜਿਹੜਾ ਉਹ ਜੂਝ ਕੇ ਮੁਕਾਬਲਾ ਕਰਦੇ ਨੇ ਫਿਰ ਉਹੀ ਬਰਾੜ ਜਿਹਦੀਆਂ ਆਪਣੀਆਂ ਰੱਤਾਂ ਮੀਡੀਆ ਦੇ ਸਾਹਮਣੇ ਜਿਹੜਾ ਉਹਨਾਂ ਦਾ ਸਿਲੈਕਟ ਮੀਡੀਆ ਦਿੱਲੀ ਤੋਂ ਲਿਆਂਦਾ ਸੀ ਕੰਬ ਰਹੀਆਂ ਸੀ ਔਰ ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਵੀ ਕਿਵੇਂ ਰਿਹਾ ਕੀ ਰਿਹਾ ਤੇ ਉਹ ਉਹਦੇ ਚ ਉਹਨੇ ਕਿਹਾ ਕਿ ਗਿਵਿੰਗ ધ ਐਡਵਰਸਰੀ ਹਿਸ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਕਿ ਭਾਈ ਆਪਣੇ ਵਿਰੋਧੀ ਨੂੰ ਵੀ ਜਿਹਦਾ ਬਣਦਾ ਹਿੱਸਾ ਦੇਣਾ ਹੋਵੇ ਤੇ ਜਦੋਂ ਤੱਕ ਉਹਨਾਂ ਦੇ ਕੋਲ ਇੱਕ ਵੀ ਗੋਲੀ ਸੀ ਔਰ ਉਹਨਾਂ ਦੇ ਸਾਹ ਚ ਇੱਕ ਵੀ ਸਾਹ ਬਾਕੀ ਸੀ ਉਹ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ ਔਰ ਇਹੀ ਹੀਰੋ ਹੁੰਦੇ ਨੇ ਔਰ ਪੰਜਾਬ ਦੀ ਧਰਤੀ ਬਹੁਤ ਵਾਰ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਸਮਝ ਨਹੀਂ ਆਂਦੀ ਕਿ ਭਾਈ ਇਹ ਜੇ ਤੁਸੀਂ ਇਵਨ ਯੂਰਪ ਦੀ ਸਿਵਲਾਈਜੇਸ਼ਨ ਦੀ ਵੀ ਗੱਲ ਕਰੋ ਜਾਂ 크੍ਰਿਸਚੀਅਨ ਥੌਟ ਦੀ ਗੱਲ ਕਰੋ ਖਾਸ ਤੌਰ ਤੇ ਕਿਉਂਕਿ ਇਹ ਤਾਂ ਜ਼ਿੰਦਗੀ ਜਿਉਣ ਦੇ ਢੰਗ ਲੱਭਦੇ ਨੇ ਕਿ ਜ਼ਿੰਦਗੀ ਨੂੰ ਲੰਬੇ ਕਿਵੇਂ ਕਰਨਾ ਹੈ ਕਿੱਦਾਂ ਕਰਨਾ ਪਰ ਦੂਸਰੇ ਪਾਸੇ ਸੋਚ ਉਹ ਹੈ ਕਿ ਜ਼ਿੰਦਗੀ ਨੂੰ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦੇ ਆ ਕਿਵੇਂ ਪਰਵਾਨ ਕਰਵਾਣਾ ਹੈ ਇਹ ਜਿਹੜੀ ਇਸ਼ਕ ਦੀ ਖੇਡ ਹੈ ਇਸ਼ਕ ਦੀ ਖੇਡ ਦੇ ਵਿੱਚ ਤਾਂ ਕੋਈ ਮੌਤ ਦਾ ਜਾਂ ਕੋਈ ਸਰੀਰ ਦਾ ਮੋਹ ਹੀ ਨਹੀਂ ਹੈ ਔਰ ਇਹ ਭੁੱਲ ਜਾਂਦੇ ਨੇ ਕਿ ਇਹ ਕੌਮ ਜਿਹੜੀ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੇ ਰੂਪ ਦੇ ਵਿੱਚ ਫਾਈਨਲ ਸਟੈਂਪ ਲਾਈ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇਸ ਕੌਮ ਦੀ ਬੁਨਿਆਦ ਰੱਖੀ ਉਹਨਾਂ ਦਾ ਕਲਾਮ ਹੈ ਉਹਨਾਂ ਦੀ ਬਾਣੀ ਹੈ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣਾ ਕੀਜੈ ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ ਪਿੱਠ ਨਹੀਂ ਦਿਖਾਈ ਹੁਣ ਇਹ ਜਿਹੜੇ ਰੋਹਾਨੀ ਦੁਨੀਆ ਦੇ ਵਿੱਚ ਇਸ ਸਬਕ ਦੇ ਨਾਲ ਕਿ ਇਸ਼ਕ ਜੇ ਹੁਣ ਬੁੱਲੇ ਸ਼ਾ ਇਸ਼ਕ ਨਮਾਜ਼ ਦੀ ਗੱਲ ਕਰਦਾ ਨਮਾਜ਼ ਦਾ ਸਾਰੇ ਪੜ੍ਹਦੇ ਨੇ ਪਰ ਉਹ ਜਿਹੜੀ ਮੁਹੱਬਤ ਦੇ ਵਿੱਚ ਰੱਬ ਦੇ ਨਾਲ ਇਸ਼ਕ ਨਵਾਜ਼ ਅਸਾਂ ਲੀਤੀ ਹੈ ਜਦੋਂ ਤੁਸੀਂ ਉਸ ਨਮਾਜ਼ ਦੀ ਗੱਲ ਕਰਦੇ ਹੋ ਇਸ਼ਕ ਦੀ ਖੇਡ ਦੀ ਗੱਲ ਕਰਦੇ ਹੋ ਤੇ ਬਾਣੀ 'ਚ ਪੜ੍ਹਦੇ ਹੋ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਕਿ ਭਾਈ ਇੱਕ ਪਾਸੇ ਹਿਊਮਿਲਟੀ ਹਰ ਇੱਕ ਦੇ ਪੈਰਾਂ ਦੀ ਧੂੜ ਬਣਨ ਵਾਂਗ ਪਰ ਇਹ ਮੰਨ ਕੇ ਕਿ ਇਸ ਰਸਤੇ ਤੇ ਜਦੋਂ ਤੁਸੀਂ ਤੁਰਨਾ ਹੈ ਸੱਚ ਹੱਕ ਇਨਸਾਫ ਦੇ ਰਸਤੇ ਤੇ ਅਣਖ ਦੇ ਨਾਲ ਜਿਉਣਾ ਹੈ ਗੈਰਤ ਦੇ ਨਾਲ ਜਿਉਣਾ ਤੇ ਫਿਰ ਸ਼ਹੀਦੀ ਜਾਮ ਪੀਣੇ ਪੈਂਦੇ ਨੇ ਗੁਰੂ ਅਰਜਨ ਸਾਹਿਬ ਨੇ 1606 ਦੇ ਵਿੱਚ ਜਿਵੇਂ ਤੱਤੀ ਤਵੀ ਤੇ ਬੈਠ ਕੇ ਸਿਰ ਤੇ ਰੇਤ ਪਵਾ ਕੇ ਜਿਵੇਂ ਸ਼ਹੀਦੀ ਪਾਈ ਔਰ ਜਦੋਂ ਸਾਈਂ मियां मीर ਉਹਨਾਂ ਨੂੰ ਮਹਿਣ ਆਂਦੇ ਨੇ ਦੇਖਦੇ ਨੇ ਕਿ ਭਾਈ ਤਵੀ ਤੇ ਬੈਠੇ ਨੇ ਤੱਤੀ ਸਿਰ ਦੇ ਉੱਤੇ ਰੇਤ ਪੈ ਰਹੀ ਹੈ ਸਾਰਾ ਬदन ਚੁਲਸਿਆ ਹੋਇਆ ਹੈ ਤੇ ਉਹ ਇੱਕ ਅਫਸੋਸ ਦਾ اظہار ਹਾ ਦਾ ਨਾਰਾ ਵਿਆਕਲ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਭਾਈ ਨਹੀਂ ਕਿ ਸੁਣ ਸਤਿਗੁਰੂ ਕਿਹਾ ਮੀਆਂ ਛੋੜੋ ਪ੍ਰੀਤੀ ਚਾਮ ਸੇ ਕੀ ਹੁਆ ਤਨ ਜਲ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕਿ ਅਭੀ ਮੀਆਂ ਇਹ ਰੱਬ ਦੇ ਨਾਮ ਨੇ ਮੈਨੂੰ ਠੰਡ ਦਿੱਤੀ ਹੋਈ ਹੈ ਤੁਸੀਂ ਫਿਕਰ ਨਾ ਕਰੋ ਹੁਣ ਜਿਸ ਗੁਰੂ ਨੇ ਜਿਸ ਕੌਮ ਦੀ ਜਿਸ ਉਮਮਤ ਦੀ ਨੇ ਇਹ ਰਸਤਾ ਦੱਸਿਆ ਹੈ ਇਹ ਫਿਰ ਜਦੋਂ ਆਪਣੀਆਂ ਕੈਲਕੂਲੇਸ਼ਨਾਂ ਦੁਨੀਆ ਦੇ ਦਾਵੇਦਾਰ ਔਰ ਇਹ ਤਖਤਾਂ ਵਾਲੇ ਤਾਜਾਂ ਵਾਲੇ ਕਰਦੇ ਨੇ ਤੇ ਇਹਨਾਂ ਦੇ ਹਿਸਾਬ ਚ ਕੁਝ ਹੋਰ ਹੁੰਦਾ ਔਰ ਇਹੀ ਜਿਸ ਮੁਕਾਮ ਦੇ ਉੱਤੇ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ 1995 ਚ ਸਦਾਰਸ਼ਮਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਿਛਲੇ ਆਲਮੋਸਟ 24-25 ਸਾਲ ਤੋਂ ਉਸੇ ਹੀ ਸ਼ਾਨੋ ਸ਼ੌਕਤ ਨਾਲੇ ਦਿਨ ਮਨਾਇਆ ਜਾਂਦਾ ਹੈ ਔਰ ਇਸ ਵਾਰ ਇਸ ਦੀ ਹੋਰ ਵੀ ਅਹਿਮੀਅਤ ਸੀ ਔਰ ਮੈਂ ਵੀ ਔਰ ਸਾਨੂੰ ਅਸੀਂ ਸ਼ੁਕਰਗੁਜ਼ਾਰ ਆਂ ਆਪਣੀ ਟੈਕਨੀਕਲ ਟੀਮ ਦੇ ਇੱਥੇ ਵੀ ਉੱਥੇ ਵੀ ਮੌਕੇ ਦੇ ਉੱਤੇ ਔਰ ਫਤਿਹਗੜ੍ਹ ਸਾਹਿਬ ਦਾ ਮੁਕਾਮ ਉਹ ਇਤਿਹਾਸਕ ਮੁਕਾਮ ਹੈ ਜਿੱਥੇ ਪਹਿਲਾ ਸਿੱਖ ਰਾਜ ਦਾ ਝੰਡਾ 14 ਮਈ 1710 ਨੂੰ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਡਿਆ ਸੀ ਇਹ ਉਹੀ ਮੁਕਾਮ ਹੈ ਜਿੱਥੇ ਸਹਬਜ਼ਾਦਾ ਜ਼ੋਰਾਵਰ ਸਿੰਘ ਸਹਬਜ਼ਾਦਾ ਫਤਿਹ ਸਿੰਘ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹੀ ਮਕਾਮ ਹੈ ਜਿੱਥੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ ਔਰ ਮੋਤੀ لال ਮਹਿਰਾ ਦੀਵਾਨ ਟੋਡਰਮਲ ਜਿਨ੍ਹਾਂ ਨੇ ਫਿਰ ਆਪਣੇ ਆਪ ਨੂੰ ਕੁਰਬਾਨ ਕਰਕੇ ਸੇਵਾ ਦੇ ਪਿੰਡ ਨੂੰ ਵੀ ਚੁਣਿਆ ਜੇ ਅੱਜ ਸੇਵਾ ਦੇ ਲਈ ਸਿੱਖ ਅੱਗੇ ਨੇ ਤਾਂ ਇਹ ਇਸ ਪਿੰਡ 'ਚ ਵੀ ਸ਼ਹੀਦियां ਨੇ ਜ਼ਰੂਰੀ ਨਹੀਂ ਕਿ ਜੰਗ ਦੇ ਮੈਦਾਨ 'ਚ ਜੂਝ ਕੇ ਜਾਂ ਟੌਰਚਰ ਸਹਿ ਕੇ ਸ਼ਹੀਦੀ ਹੈ ਔਰ ਇਵੇਂ ਹੀ ਮੋਤੀ لال ਮਹਿਰਾ ਜਿਨ੍ਹਾਂ ਨੇ ਦੁੱਧ ਪਿਆਣ ਦੀ ਸੇਵਾ ਕੀਤੀ ਔਰ ਟੋਡਰਮਲ ਜਿਨੇ ਇਵੈਂਚੁਅਲੀ ਜਦੋਂ ਇਹ ਕਿਹਾ ਗਿਆ ਕਿ ਭਾਈ 19 ਜ਼ਮੀਨ ਅਸ਼ਰਫੀਆਂ ਬਚਾ ਕੇ ਜਿਹਦੇ ਤੇ ਉਹਨਾਂ ਦਾ ਸਸਕਾਰ ਕਰਨਾ ਹੈ ਸਹਬਜ਼ਾਦੇ ਆ ਦਾ ਮਾਤਾ ਦਾ ਜੈਨਤਰਮ ਨੂੰ ਮੰਨਣ ਵਾਲਾ ਸੀ ਔਰ ਜਿਹੜੇ ਫਤਿਹਗੜ੍ਹ ਸਾਹਿਬ ਦੇ ਗੇਟ ਨੇ ਉਹਨਾਂ ਚ ਮੁੱਖ ਗੇਟ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਗੇਟ ਹੈ ਮੋਤੀ لال ਮਹਿਰਾ ਦੇ ਨਾਂ ਤੇ ਗਰੀਬ ਚਿਓਰ ਵਿਚਾਰਾ ਉਹਦਾ ਸਾਰਾ ਘਾਣ ਬੱਚਾ ਪੀੜ ਦਿੱਤਾ ਸੀ ਉੱਥੇ ਦੀਵਾਨ ਟੂਡਰ ਮਾਲ ਦੇ ਨਾਂ ਤੇ ਵੀ ਔਰ ਜਿਹੜਾ ਫਤਿਹਗੜ੍ਹ ਸਾਹਿਬ ਦਾ ਵੱਡਾ ਹਾਲ ਹੈ ਦੀਵਾਨ ਹੌਰ ਉਹਦਾ ਨਾਂ ਹੀ ਦੀਵਾਨ ਟੋਡਰ ਮਾਲਮਾਨ ਐਸੋ ਸੇ ਕੌਮ ਸ਼ੁਕਰਗੁਜ਼ਾਰੀ ਵਾਲੀ ਕੌਮ ਹੈ ਅਸਾਂ ਨੂੰ ਕਦੇ ਇਤਿਹਾਸ ਦੇ ਉਹ ਕਰੈਕਟਰ ਨਹੀਂ ਪੁੱਲਦੇ ਜਿਨ੍ਹਾਂ ਨੇ ਮੁਸੀਬਤ ਵੇਲੇ ਹਾ ਦਾ ਨਾਰਾ ਮਾਰੇ ਉਸੇ ਮੁਕਾਮ ਤੇ ਇੱਕ ਦਰਵਾਜ਼ਾ ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਕੋਟਲੇ ਦੇ ਨਾਮ ਹੈ ਜਿਨ੍ਹਾਂ ਨੇ ਹਾ ਦਾ ਨਾਰਾ ਮਾਰੇ ਸਹੀ ਸਾਹਿਬਜ਼ਾਦੇ ਲਈ ਔਰ ਇਹ ਕਿਉਂਕਿ ਇੱਕ ਹਿਸਟੋਰੀਕਲ ਪਾਰਟ ਹੈ ਜਿੱਥੇ ਪਹਿਲਾ ਝੰਡਾ ਝੂਲਦਾ ਦੂਸਰਾ ਇਸ ਲਈ ਵੀ ਜਦੋਂ ਅਸੀਂ ਕਿਸਾਨ ਲਹਿਰ ਦੀ ਗੱਲ ਕਰ ਰਹੇ ਹਾਂ ਬੇਸ਼ੱਕ ਅਪਸ ਐਂਡ ਡਾਊਨਸ ਤੋਂ ਗੁਜ਼ਰ ਰਿਹਾ ਹੈ ਸਾਰਾ ਪਾਰਟ ਅੱਛਾ ਇਹੀ ਉਹ ਮੁਕਾਮ ਹੈ ਕਿ 14 ਮਈ ਨੂੰ ਜਦੋਂ ਖਾਲਸੇ ਦਾ ਪਰਚਮ ਝੁਲਦਾ ਤੇ ਪਹਿਲਾ ਆਰਡਰ ਜਿਹੜਾ ਉਸ ਹਕੂਮਤ ਵਾਲੋਂ ਹੁੰਦਾ ਉਹ ਹੈ ਕਿ ਜ਼ਮੀਨ ਵੋਣ ਵਾਲਾ ਜ਼ਮੀਨ ਦਾ ਮਾਲਕ ਜ਼ਮੀਨ ਦਾ ਮਾਲਕ ਹੈ ਟੇਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ ਤੇ ਅੱਜ ਜਦੋਂ ਆਲਮੋਸਟ ਤੁਸੀਂ ਇਤਿਹਾਸ ਦਾ ਉਹ ਗੇਟ ਦੇਖੋ 1710 ਤੋਂ ਲੈ ਕੇ ਹੁਣ ਆਲਮੋਸਟ 200 ਕਿੰਨੇ ਬਰੇ ਹੋ ਗਏ ਨੇ ਇਹ ਸਾਰੇ ਤੋਂ ਬਾਅਦ 231 ਸਾਲ ਬਾਅਦ ਇਤਿਹਾਸ ਨੂੰ ਪੁੱਠਾ ਗੇੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਕੋਲ ਮਾੜੀਆਂ ਮੋਟੀਆਂ ਜ਼ਮੀਨਾਂ ਵੀ ਨੇ ਉਹ ਖੋਣ ਦੇ ਲਈ ਜਿਹੜੀ ਗੱਲ ਕਰਲੋ ਨੇ ਕਹੀ ਸੀ ਰਾਹੁਲ ਨੇ ਹਮ ਦੋ ਹਮਾਰੇ ਦੋ ਸਾਰਾ ਦੇਸ਼ ਇਹ ਦੋਆਂ ਦੇ ਹਵਾਲੇ ਔਰ ਉਹਨਾਂ ਦੇ ਅੱਗੋਂ ਦੋ ਜਿਹੜੇ ਉਹਨਾਂ ਨੇ ਨਿਆਣੇ ਜੰਮੇ ਹੋਏ ਨੇ ਅੰਬਾਨੀ ਤੇ ਅਦਾਨੀ ਉਹਨਾਂ ਦੇ ਹਵਾਲੇ ਕਰਨ ਦੀ ਲਾਈਨ ਸੋ ਇਸ ਵਾਰ ਇਹ ਗੱਲ ਬੜੀ ਸਿਗਨੀਫੀਕੈਂਟ ਸੀ ਕਿਉਂਕਿ ਇਸ ਕਿਸਾਨ ਲਹਿਰ ਦੇ ਨਾਲ ਜੁੜਿਆ ਹੈ 26 ਜਨਵਰੀ ਦਾ ਕਾਰਨਾਮ ਜਿਹਦੇ ਚ ਦੋ ਸਿੱਖ ਨੌਜਵਾਨਾਂ ਨੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਭਾਈ ਜੁਗਰਾਜ ਸਿੰਘ ਭਾਈ ਗੁਰਜੰਟ ਸਿੰਘ ਉਹੀ ਤਰਨਤਾਰਨ ਜ਼ਿਲ੍ਹੇ ਦੇ ਕਦੇ ਸਰਦਾਰ ਬਘੇਲ ਸਿੰਘ ਨੇ ਜਿਹੜਾ ਉਹ ਦਿੱਲੀ 1783 ਦੇ ਵਿੱਚ ਲਾਲ ਕਿਲੇ ਤੇ ਜਿਹੜਾ ਉਹ ਖਾਲਸਾ ਹੀ ਪਰਚਮ ਲਹਿਰਾਇਆ ਸੀ ਉਹਨਾਂ ਨੇ 26 ਜਨਵਰੀ ਨੂੰ ਜਵੇਂ ਖਾਲਸਾ ਹੀ ਪਰਚਮ ਲਹਿਰਾਇਆ ਔਰ ਕਿਵੇਂ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਗ੍ਰਿਫਤਾਰੀਆਂ ਦੇ ਲਈ ਕੀ ਚੱਲ ਰਿਹਾ ਹੈ ਕੇਸ ਬਣਾਏ ਹੋਏ ਨੇ ਕਿੰਨੀਆਂ ਧਾਰਾਵਾਂ ਲਾਈਆਂ ਹੋਈਆਂ ਨੇ ਕੁਝ ਨੂੰ ਫੜਿਆ ਹੋਇਆ ਔਰ ਇਸ ਸਾਰੇ ਦੇ ਬਾਵਜੂਦ ਇਹ ਜਦੋਂ ਗ੍ਰਿਫਤਾਰੀਆਂ ਕੇਸ ਬਣਦੇ ਨੇ ਮਕਸਦ ਫੀਅਰ ਪੈਦਾ ਕਰਨਾ ਹੁੰਦਾ ਹੈ ਡਰ ਪੈਦਾ ਕਰਨਾ ਹੁੰਦਾ ਹੈ ਬਿਲਕੁਲ ਲੇਕਿਨ ਇਸ ਦੇ ਉਲਟ ਮੈਂ ਅੱਜ ਦਾ ਕਿਉਂਕਿ ਸਾਡੀ ਟੀਮ ਨੇ ਲਾਈਵ ਉਥੋਂ ਕਵਰ ਕੀਤਾ ਆਲਮੋਸਟ 5.5 ਘੰਟੇ ਦੀ ਕਵਰੇਜ ਯਾਹ ਰਿਪੀਟ ਵੀ ਕੀਤਾ ਹੈ ਔਰ ਅਸੀਂ ਇਸ ਸੈਗਮੈਂਟ ਦੇ ਐਂਡ ਤੇ 5 ਮਿੰਟ ਦੀ ਵੀਡੀਓ ਜਿਹੜੀ ਐਡਿਟ ਕਰਕੇ ਉਹਨਾਂ ਨੇ ਕੱਢੀ ਹੈ ਅਸੀਂ ਆਪਣੇ ਵਿਊਰਸ ਨੂੰ ਜਿਹੜੇ ਲਾਈਵ ਨਹੀਂ ਦੇਖ ਸਕੇ ਜਾਂ ਲੰਬਾ ਵਕਤ ਦੇਣਾ ਕੋ ਨਹੀਂ ਹੈ ਉਸ ਟਿਕ ਗਲੈਂਪਸ ਦੇਾਂਗੇ ਬਿਲਕੁਲ ਇਹ ਦੱਸਣ ਦੇ ਲਈ ਜੇ ਜਿਹੜੀ ਸਿੱਖ ਸਪਿਰਟ ਹੈ ਉਹ ਕਿੰਨੀ ਡਿਫਾਇੰਟ ਹੈ ਜੇ ਜ਼ੁਲਮ ਹੁੰਦਾ ਤੇ ਜ਼ੁਲਮ ਦੀ ਪੱਠੀ ਜਿਉਂ-ਜਿਉਂ ਤੇਜ਼ ਹੁੰਦੀ ਹੈ ਜਿਉਂ-ਜਿਉਂ ਮੰਗਦੀ ਹੈ ਜਿਵੇਂ ਸੋਨਾ ਜਾਂ ਕੁੰਦਨ ਜਿਉਂ-ਜਿਉਂ ਅੱਗ ਦੇ ਵਿੱਚ ਪੈਂਦਾ ਹੈ ਉਹਦਾ ਖੋਟ ਝੜਦਾ ਜਾਂਦਾ ਹੈ ਔਰ ਉਹ ਦਮਕਦਾ ਹੈ ਚਮਕਦਾ ਹੈ ਇਵੇਂ ਸਿੱਖ ਦਾ ਕੈਰੇਕਟਰ ਸਿੱਖ ਦੀ ਡਿਫਾਇੰਸ ਜਿਹੜੀ ਹੈ ਉਹ ਜ਼ੁਲਮ ਦੇ ਰੂਪ ਰੂ ਕੱਲੂਕਾਰਿਆਂ ਦੇ ਸਾਹਮਣੇ ਉਹ ਡਿਫਾਇੰਸ ਦਾ ਹੀ ਰੂਪ ਹੁੰਦੀ ਹੈ ਜਵੇਂ 18ਵੀਂ ਸਦੀ ਚ ਹੋਈ ਜਦੋਂ ਇਸ ਕਿਸਮ ਦਾ ਹੀ ਸਿਰਾਂ ਦੇ ਮੁੱਲ ਔਰ ਦੂਸਰਾ ਚੱਲ ਰਿਹਾ ਸੀ ਤੇ ਸਿੱਖ ਇਹ ਕਪਲੇਟ ਬੜੇ ਸ਼ੌਕ ਨਾਲ ਬੜੇ ਵਜਦ ਚ ਪੜਦੇ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਧੂਣ ਸੁਵਾਏ ਹੋਏ ਕਿ ਭਾਈ ਅਸੀਂ ਤਾਂ ਵੱਧ ਰਹੇ ਵੀ ਅਸੀਂ ਤਾਂ ਜਿਵੇਂ ਸੋਏ ਵੱਧੇ ਜਾਂਦੇ ਨੇ ਜਿਵੇਂ ਤੁਸੀਂ ਉਹਨਾਂ ਨੂੰ ਕੱਟਦੇ ਹੋ ਉਵੇਂ ਹੀ ਅਸੀਂ ਹੋ ਰਹੇ ਔਰ ਅੱਜ ਇਹ ਨਜ਼ਾਰਾ ਫਤੇਗੜ ਸਾਹਿਬ ਦੇ ਉਸ ਮੁਕਾਮ ਤੋਂ ਵੀ ਦੇਖਦੇ ਹੀ ਬਣਦਾ ਸੀ ਔਰ ਇਹ ਨਹੀਂ ਹੈ ਕਿ ਕੋਈ ਉੱਥੇ ਸਿਰਫ ਮੁਕਾਮੀ ਲੋਕ ਸਨ ਵੱਡੇ ਵੱਡੇ ਜਥੇ 8 8 ਜ਼ਿਲ੍ਹਿਆਂ ਤੋਂ ਸਰਕਲਸ ਤੋਂ ਉਹਨਾਂ ਦੇ ਵਿੱਚ ਬੀਬੀਆਂ ਵੀ ਬੱਚੇ ਵੀ ਹੋ ਜੋ ਤੁਸੀਂ ਸਟੇਜ ਦੀ ਕਾਰਵਾਈ ਵੀ ਦੇਖਦੇ ਹੋ ਉਹਦੇ ਵਿੱਚ ਕਵਿਸ਼ਰੀਆਂ ਵੀ ਨੇ ਟਾਡੀ ਜਥੇ ਵੀ ਨੇ ਛੋਟੇ ਛੋਟੇ ਬੱਚੇ ਵੀ ਨੇ ਔਰ ਡਿਫੈਂਸ ਦੇ ਨਾਲ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਮਝਦਾ ਜਦੋਂ ਅਣਖ ਦੀ ਗੱਲ ਹੁੰਦੀ ਹੈ ਔਰ ਮੈਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜਿਹੜੇ ਸਾਡੇ ਇੱਕ ਵੱਡੇ ਚੰਤਕ ਫਿਲਾਸਫਰ ਹੋਏ ਨੇ ਉਹਨਾਂ ਦੀਆਂ ਚਾਰ ਲਾਈਨਾਂ ਅੱਜ ਕਿੱਥੇ ਦੇਖ ਰਿਆ ਸੀ ਕਿ ਇਹ 36 37 ਸਾਲ ਬਾਅਦ ਇੱਕ ਪਾਸੇ ਅਸੀਂ ਉਹਨਾਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਜੂਨ 84 ਦੇ ਘੱਲੂਕਾਰੇ ਦੀ ਫਿਰ ਅਸੀਂ ਲਗਾਤਾਰਤਾ ਦੇ ਨਾਲ ਸ਼ਹੀਦੀਆਂ ਦਾ ਦੂਸਰਾ ਦੌਰ ਦੇਖਦੇ ਹਾਂ ਫਿਰ ਆਲ ਆਫ ਅ ਸੱਡਨ 26 ਜਨਵਰੀ 2021 ਉਹ ਦਿਨ ਬਣ ਜਾਂਦਾ ਹੈ ਜਦੋਂ ਕਿ ਲਾਲ ਕਿਲੇ ਦੇ ਉੱਤੇ ਝੰਡਾ ਇੱਕ ਫੇਰ ਇੱਕ ਇਤਿਹਾਸਿਕ ਦਿਨ ਬਣ ਜਾਂਦਾ ਹੈ ਔਰ ਇਹ ਹੈ ਜਿੱਥੇ ਸ਼ਹੀਦ ਦਾ ਖੂਨ ਡੁੱਲਦਾ ਹੈ ਔਰ ਮੈਨੂੰ ਬਚਪਨ ਦੇ ਵਿੱਚ ਇੱਕ ਰਜ਼ਮ ਜਿਹੜੀ ਹੁਣ ਵੀ ਟਰੈਡੀਓਸ ਨੂੰ ਦੁਹਰਾਉਂਦੇ ਨੇ ਉਹਦੀਆਂ ਦੋ ਲਾਈਨਾਂ ਮੇਰੀ ਯਾਦਾਂ ਚ ਪਈਆਂ ਕਿ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਦੀ ਕਿ ਜਿਹੜਾ ਸ਼ਹੀਦਾਂ ਦਾ ਡੁੱਲਿਆ ਖੂਨ ਹੁੰਦਾ ਹੈ ਇਹੀ ਕੌਮਾਂ ਦੀ ਤਕਦੀਰ ਹੁੰਦਾ ਹੈ ਇਹੀ ਮੁਸਤਕਬਲ ਹੁੰਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਖੋਪਰ ਰੰਬੀਆਂ ਨਾਲ ਖੋਪਰ ਉਤਰਨ ਜਾਂ ਤਸਵੀਰ ਬਦਲਦੀ ਇਹ ਟੌਰਚਰ ਦਾ ਤਰੀਕਾ ਸੀ ਜਿਉਂਦੇ ਜੀ ਖੋਪਰੀ ਲਾ ਦੇਣਾ ਉਹਨਾਂ ਨੇ ਕਿਹਾ ਵੀ ਜਿਉਂ-ਜਿਉਂ ਉਹ ਬਦ ਸ਼ਕਲ ਨਹੀਂ ਹੁੰਦਾ ਜਾਂ ਉਹ ਮੌਤ ਨਹੀਂ ਹੋ ਰਹੀ ਹੁੰਦੀ ਉਹ ਕੌਮ ਦੇ ਮੁਸਤਕਬਲ ਦੀ ਤਸਵੀਰ ਬਣ ਰਹੀ ਹੁੰਦੀ ਉਹਦੀ ਪਿਕਚਰ ਬਣ ਰਹੀ ਹੁੰਦੀ ਔਰ ਇਸ ਪਰਥਾਈ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਨੇ ਰੁਲਦੀ ਤੇਗ ਸ਼ਹੀਦ ਦੀ ਸ਼ਾ ਅਸਵਾਰ ਨੇ ਦੂਰ ਰੁਲਦੀ ਤੇਗ ਸ਼ਹੀਦ ਦੀ ਸ਼ਾ ਅਸਵਾਰ ਨੇ ਦੂਰ ਅਣਖਾਂ ਨਾਲ ਹੀ ਪਹਿਣਗੇ ਪੰਥ ਸੁਰਤ ਨੂੰ ਬੂਰ ਜਾ ਕੇ ਤੱਕ ਪਰਦੇਸੀ ਆ ਉਹਨਾਂ ਵਣਾਂ ਦੇ ਪਾਰ ਦੇਖ ਜਿਨ੍ਹਾਂ ਦੇ ਝੁਕੇ ਨਹੀਂ ਸੀਸ ਪਰਾਈ ਬਾਹ ਜੀ ਜਾ ਕੇ ਤੱਕ ਪਰਦੇਸੀ ਆ ਉਹਨਾਂ ਵਣਾਂ ਦੇ ਪਾਰ ਦੇਖ ਜਿਨ੍ਹਾਂ ਦੇ ਝੁਕੇ ਨਹੀਂ ਸੀਸ ਪਰਾਏ ਬਾਹਰ ਜੇ ਤੁਸੀਂ ਪਰਾਏ ਬਾਹਰ ਦੇਖਦੇ ਹੋ ਤਾਂ ਇੱਕਦਮ ਬਾਬਾ ਫਰੀਦ ਗੰਜ ਸ਼ਕਰ ਉਹਨਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਚ ਇੱਕਦਮ ਮਨ ਦੀਆਂ ਨਜ਼ਰਾਂ ਸਾਹਮਣੇ ਆਂਦਾ ਹੈ ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜੀਓ ਸਰੀਰੋਂ ਲੈ ਕਿ ਕਿਸੇ ਦੀ ਮੁਤਾਜੀ ਗੁਲਾਮੀ ਜਿਹਨੂੰ ਇਹਨਾਂ ਦੇ गोस्वामी तुलसीदास ਨੇ ਰਾਮਚਰਿਤਮਾਨਸ ਦੇ ਵਿੱਚ ਕਿਹਾ ਜਿਹੜੀ ਤੁਲਸੀ ਰਮਾਇਣ ਕਰੋੜਾ ਹਿੰਦੂ ਪੜ੍ਹਦੇ ਨੇ ਰੋਜ਼ ਕਿ ਪਰ ਅਧੀਨ ਸੁਪਨੇ ਸੁਖ ਨਹੀਂ ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ ਕਿਸੇ ਦਾ ਮੁਤਾਜ ਹੁੰਦਾ ਹੈ ਕਿਸੇ ਤੇ ਡਿਪੈਂਡੈਂਟ ਹੁੰਦਾ ਉਹਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ ਔਰ ਮਹਿਬੂਬ ਸਾਹਿਬ ਇਹੀ ਯਾਦ ਦਿਰਵਾ ਕਰਵਾਉਂਦੇ ਨੇ ਕਿ ਜਾ ਕੇ ਤੱਕ ਪਰਦੇਸੀ ਐ ਉਹਨਾਂ ਵਣਾਂ ਦੇ ਪਾਰ ਦੇਖ ਜਿਨ੍ਹਾਂ ਦੇ ਝੁਕੇ ਨਹੀਂ ਸੀਸ ਪਰाये 바ਰ ਸੰਤ ਪਿੰਡਾਂ ਵਾਲੇ ਔਰ ਉਹਨਾਂ ਦੇ ਸਾਥੀ ਸਿੰਘ ਉਹ ਸਨ ਜਿਹੜਾ ਜਿਨ੍ਹਾਂ ਦਾ ਸੀਸ ਪਰाये 바ਰ ਨਹੀਂ ਝੁਕਿਆ ਅਣਖ ਦੇ ਨਾਲ ਉਹ ਜੀਵੇ ਸ਼ਾਨ ਦੇ ਨਾਲ ਉਹਨਾਂ ਨੇ ਸ਼ਹੀਦੀ ਪਾਈ ਔਰ ਇਹੀ ਉਹਨਾਂ ਦੇ ਲਫ਼ਜ਼ ਜਦੋਂ ਤੁਸੀਂ ਪਿੰਡਾਂ ਵਾਲਿਆਂ ਦੀਆਂ ਕੋਰਟਸ ਦੇਖਦੇ ਹੋ ਔਰ ਮੈਨੂੰ ਯਾਦ ਹੈ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਕਰੰਟ ਸਟਰਗਲ ਦੇ ਉੱਤੇ ਕਿਤਾਬ ਦੇ ਲਈ ਕੰਮ ਕਰ ਰਹੇ ਸੀ ਔਰ 4-5 ਸਾਲ ਮੈਨੂੰ ਵੀ ਉਹਨਾਂ ਨੂੰ ਅਸਿਸਟ ਕਰਨ ਦਾ ਮੌਕਾ ਮਿਲਿਆ 1993 ਤੋਂ ਆਲਮੋਸਟ 1996-97 ਤੱਕ ਔਰ ਫਿਰ ਇੱਕ ਕਿਤਾਬ ਜਿਹਨੂੰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਛਾਪਿਆ ਔਰ ਬੜੀ ਐਕੈਡੈਮਿਕ ਹਲਕਿਆਂ ਦੀ ਜਿਹੜੀ ਹੈ ਰੈਪਿਊਟਡ ਜਿਹੜਾ ਹੈ ਉਹ ਹੈ ਪਬਲਿਕੇਸ਼ਨ ਹਾਊਸ ਔਰ ਉਸ ਦਾ ਨਾਮ ਹੈ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਔਰ ਜਿਹੜੀ ਉਸ ਪਬਲਿਕੇਸ਼ਨ ਹਾਊਸ ਦੀ ਇਨਚਾਰਜ ਸੀ ਸ਼ਾਇਦ ਉਹਦਾ ਨਾਮ ਮੈਨੂੰ ਉਹਦਾ ਨਾਮ ਯਾਦ ਨਹੀਂ ਆ ਰਿਹਾ ਉਹਨੇ ਸਿੰਥਿਆ ਨੇ ਮੇਰੀ ਮੁਲਾਕਾਤ ਵੀ ਕਰਵਾਈ ਕਿਉਂਕਿ ਟਾਈਟਲ ਪੇਜ ਤੇ ਕਿਹੜੀ ਪਿਕਚਰ ਲੱਗਣੀ ਹੈ ਇਸ ਬਾਰੇ ਉਹਨਾਂ ਦੀਆਂ ਰਾਵਾਂ ਚੱਲ ਰਹੀਆਂ ਸੀ ਹਾਲਾਂ ਜਿਹੜਾ ਇੱਕ رائے ਸੀ ਕਿ ਅਕਾਲ ਤਖਤ ਠੱਠਾ ਅਕਾਲ ਤਖਤ ਔਰ ਉਸ ਦਾ ਹੋਏ ਔਰ ਜਿਹੜੀ ਉਸ ਯੂਨੀਵਰਸਿਟੀ ਵੀ ਸੀ ਉਹਨੇ ਕਿਉਂਕਿ ਕਿਤਾਬ ਦਾ ਮਸੌਦਾ ਦੇਖਿਆ ਸੀ ਔਰ ਖੁਦ ਵੀ ਰਿਸਰਚ ਕੀਤੀ ਸੀ ਔਰ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਜਦੋਂ ਤੁਹਾਡੇ ਛਪਦੀ ਹੈ ਉਹਨੇ ਸੰਤ ਪਿੰਡਰਾ ਵਾਲਿਆਂ ਦੀ ਪਿਕਚਰ ਜਿਹੜੀ ਤੀਰ ਫੜਿਆ ਹੋਇਆ ਉਹਨਾਂ ਨੇ ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਹਿੰਦਾ ਕਿ ਹੇਅਰ ਇਜ਼ ਦਾ ਰੈਵੋਲੂਸ਼ਨਰੀ ਦਿਸ ਸ਼ੁੱਡ ਬੀ ਓਨ ਦਾ ਟਾਈਟਲ ਪੇਜ ਨਾਈਸ ਔਰ ਜਿਹੜੇ ਸਾਡੇ ਵੀਅਰ ਇੰਟਰਸਟ ਰੱਖਦੇ ਨੇ Amazon ਦੇ ਉੱਤੇ ਇਹ ਅਵੇਲੇਬਲ ਹੈ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਪ੍ਰੈਸ ਦੀ ਪਬਲਿਕੇਸ਼ਨ ਹੈ ਟੈਨਯੂਰ ਬੁੱਕ ਵੀ ਹੈ ਸੀ ਉਹਨਾਂ ਦੀ ਬਣੀ ਟੈਕਸਟ ਬੁੱਕ ਵੀ ਹੈ ਔਰ ਇਹ ਉਹਨਾਂ ਨੇ ਜਿਹੜੇ ਮਿਲਿਟੈਂਟਸ ਜੂਜੇ ਜਿਨ੍ਹਾਂ ਨੇ ਸਫਰ ਕੀਤਾ ਰੋਡਾ ਨਾ ਅਗੇਨ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲਿਟੈਂਟਸ ਸੋ ਇੱਕ ਅਮਰੀਕਾ ਚ ਹਜ਼ਾਰਾਂ ਮੀਲ ਦੂਰ ਬੈਠੀ ਜਿਹੜੀ ਬੀਬੀ ਹੈ ਹਾਲਾਂ ਸਿਰਫ ਇੱਕੋ ਇੱਕ ਇੰਗਲੈਂਡ ਦੀ ਸਕਾਲਰਸੀ ਪੈਟ੍ਰੀਸ਼ੀਆ ਅੱਛਾ ਜਿਹਨੇ ਕਿਤਾਬ ਵੀ ਲਿਖੀ ਜਿਹਨੇ ਸੰਤਾ ਨੂੰ ਖੁਦ ਇੰਟਰਵਿਊ ਕੀਤਾ ਸੀ 1983 ਦੇ ਵਿੱਚ ਉਸਦੇ ਵੀ ਇਹੀ ਪ੍ਰਭਾਵ ਸੀ ਫਿਰ 60 ਮਿੰਟਸ ਦੇ ਲਈ ਅਮਰੀਕਨ ਬੜੇ ਪ੍ਰੋਮੀਨੈਂਟ ਰਹੇ ਹੁਣ ਤਾਂ ਨਹੀਂ ਨੇ ਉਹ ਉਹਨਾਂ ਨੇ ਵੀ ਕੀਤਾ ਹੈ ਸੋ ਬਹੁਤ ਸਾਰਿਆਂ ਨੂੰ ਜਦੋਂ ਔਰ ਕਿਉਂਕਿ ਉਹਨਾਂ ਦਿਨਾਂ 'ਚ ਸੰਤਾਂ ਦਾ ਉਭਾਰ 80s ਦੇ ਵਿੱਚ ਹੁੰਦਾ 8081 'ਚ ਆਇਤੁੱਲਾ ਖਮੀਨੀ 1979 'ਚ ਜਿਹੜਾ ਉਹ ਈਰਾਨ ਦੇ ਵਿੱਚ ਉਹਨਾਂ ਨੇ ਟੇਕਓਵਰ ਕੀਤਾ ਸੀ ਸ਼ਾਹ ਫੀਰਾਨ ਭੱਜਾ ਹੈ ਸੀ ਸਾਰੇ ਪਾਸੇ ਸੋ ਅਮਰੀਕਾ ਦੇ ਦਿਮਾਗ ਦੇ ਵਿੱਚ ਖਮੀਨੀ ਕੋ ਉਮਰਿਆ ਸੀ ਔਰ ਜਦੋਂ ਉਹ ਵੀ ਇੰਟਰਵਿਊ ਕਰ ਰਿਹਾ ਹੈ 60 ਮਿੰਟਸ ਵਾਲਾ ਔਰ ਉਹ ਉਹਨਾਂ ਨੂੰ ਪੁੱਛ ਰਿਹਾ ਕਿ ਉਹਨਾਂ ਨੂੰ ਕਹਿ ਰਿਹਾ ਕਿ ਵੀ ਤੁਹਾਨੂੰ ਲੋਕ ਸਿੱਖਾਂ ਦਾ ਖਮੀਨੀ ਕਹਿੰਦੇ ਨੇ ਉਹ ਕਹਿੰਦਾ ਨੇ ਭਾਈ ਮੈਂ ਤਾਂ ਗੁਰੂ ਦਾ ਸਿੱਖ ਹਾਂ ਇਹ ਕੌਣ ਕੀ ਕਹਿੰਦਾ ਨਹੀਂ ਹੈ ਮੈਂ ਤਾਂ ਹੱਕ ਲੈਣਾ ਹੈ ਔਰ ਇਹ ਉਹਨਾਂ ਦੀ ਕੋਰਟ ਜਿਹੜੀ ਹੈ ਕਿ ਵੀ ਜਦੋਂ ਕਿਸੇ ਨੇ ਇਹ ਵੀ ਕਹਿਣਾ ਜੀ ਸਾਡੀਆਂ ਮੰਗਾ ਆਏ ਨੇ ਉਹਨਾਂ ਨੇ ਕਹਿਣਾ ਬਹਿ ਜਾ ਚੁੱਕ ਕਰਕੇ ਉਹਨਾਂ ਨੇ ਕਹਿਣਾ ਵੀ ਇਹ ਸਾਡੀਆਂ ਮੰਗਾ ਨਹੀਂ ਸਾਡੇ ਹੱਕ ਨੇ ਹੱਕ ਨੇ ਬਿਲਕੁਲ ਮੰਗਾ ਮੰਗੀਆਂ ਜਾਂਦੀਆਂ ਹੱਕ ਲੈ ਜਾਂਦੇ ਸੋ ਉਹ ਜਿਹੜੀ ਡਿਫਾਇਨਸ ਸੀ ਔਰ ਜਿਸ ਸੰਦਾ ਚੁਣਾ ਨੇ ਜਿਹੜਾ ਸਾਰਾ ਸਿੱਖ ਨੈਰੇਟਿਵ ਔਰ ਮੈਂ ਬਹੁਤ ਵਾਰ ਦੇਖਦਾ ਹਾਂ ਬੇਸ਼ੱਕ ਵੱਡੇ ਵੱਡੇ ਕਰੈਕਟਰ ਸਾਡੇ ਇਤਿਹਾਸ ਚ ਪਿਛਲੇ 3 3.5 ਸਦੀਆਂ ਚ ਆਏ ਨੇ ਬਾਬਾ ਬੰਦਾ ਸਿੰਘ ਵਾਹਾਦਰੀ ਇੱਕ ਯੂਨੀਕ ਕਰੈਕਟਰ ਸੀ 1708 ਚ ਉਹ ਜਿਹੜੇ ਨੇ ਦਸਵੇਂ ਪਾਤਸ਼ਾਹ ਨੂੰ ਭੇਜਦੇ ਨੇ ਪੰਜਾਬ ਵੱਲ ਔਰ 1716 ਚ ਉਹਨਾਂ ਦੀ ਸ਼ਹੀਦੀ ਹੋ ਜਾਂਦੇ ਆਲਮੋਸਟ 8 ਸਾਲ ਦਾ ਟਾਈਮ ਹੈ ਪਰ ਉਹ 800 ਸਾਲ ਦਾ 1000 ਸਾਲ ਦਾ ਜਿਹੜਾ ਉਸ ਧਰਤੀ ਦਾ ਖਮੀਰ ਹੈ ਉਹਨੂੰ ਬਦਲ ਦਿੰਦੇ ਨੇ ਸੰਤ ਪਿੰਡਰਾ ਵਾਲੇ 1970 ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ ਤੇ ਜੂਨ ਦੇ ਪਹਿਲੇ ਹਫਤੇ 84 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਗਈ 7 ਸਾਲ ਦਾ ਟਾਈਮ ਔਰ ਉਹਨਾਂ ਦੀ ਆਪਣੀ ਉਮਰ 37 ਸਾਲ 37 ਸਾਲ ਔਰ ਜਿਸ ਕਦਰ ਇਹਨਾਂ 7 ਸਾਲਾਂ ਚ ਉਹਨਾਂ ਨੇ ਕਿਉਂਕਿ 1947 ਤੋਂ ਬਾਅਦ ਬੇਸ਼ੱਕ ਅਕਾਲੀਆਂ ਨੇ ਮੋਰਚੇ ਲਾਏ ਪੰਜਾਬੀ ਸੂਬਾ ਮੋਰਚਾ ਸਟ੍ਰਗਲਸ ਆਪਣੀ ਥਾਂ ਤੇ ਚੱਲ ਰਹੀਆਂ ਸੀ ਕਨਸਟੀਟਿਊਸ਼ਨ ਨੂੰ ਸਿੱਖ ਨੁਮਾਇੰਦਿਆਂ ਨੇ ਨਹੀਂ ਸੀ ਮੰਨਿਆ ਹੋਇਆ ਰਿਜੈਕਟ ਕੀਤਾ ਹੋਇਆ ਸੀ ਪਰ ਇਹਦੇ باوجود ਜਿਹੜਾ ਇੱਕ ਵੱਡ ਗਿਣਤੀ ਦਾ ਕਲਚਰ ਸੀ ਉਹ ਇਸ ਤਰ੍ਹਾਂ ਐਬਜ਼ਾਰਬ ਕਰਦਾ ਚਲਾ ਜਾ ਰਿਹਾ ਸੀ ਸਿੱਖ ਹੌਲੀ 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 ਸਿੰਕ ਹੋ ਰਿਹਾ ਸੀ ਕਿ ਖੁਸ਼ਵੰਤ ਸਿੰਘ ਜਿਨੇ ਬਾਅਦ ਇਲਸਟ੍ਰੇਟਡ ਵੀਕਲੀ ਦਾ ਜਦੋਂ ਐਡੀਟਰ ਬਣਿਆ ਉਸ ਤੋਂ ਬਾਅਦ ਉਹਨੇ ਕਿਤਾਬਾਂ ਕਤੋਂ ਬਾਹਰ ਵੀ ਲਿਖੀਆਂ ਇਹ अर्ਲੀ 70s ਦੀ ਗੱਲ ਹੈ ਔਰ ਉਹਨੇ ਮੈਨੂੰ ਅਜੇ ਤੱਕ ਯਾਦ ਹੈ ਕਿਉਂਕਿ ਵੇ ਸਕੂਲ ਗoing ਹੋਣ ਦੇ ਨਾਤੇ ਇਲਸਟ੍ਰੇਟਡ ਵੀਕਲੀ ਉਹਨੇ ਐਚ ਵੀ ਕੌਮਟ ਤੋਂ ਲਈ ਸੀ ਐਡੀਟਰ ਬਣਿਆ ਸੀ ਔਰ ਪਪੂਲਰ ਸੀ ਉਸ ਵੇਲੇ ਜਰ ਡੇਲੀ ਪੇਪਰ ਤੋਂ ਟ੍ਰਿਬਿਊਨ ਤੋਂ ਇਲਾਵਾ ਹੋ ਇੱਕ ਪਾਰਟ ਸੀ ਜਿਹਨੂੰ ਤੁਸੀਂ ਹਫਤੇ 'ਚ ਇੱਕ ਵਾਰ ਆਂਦਾ ਸੀ ਔਰ ਉਹਦੇ 'ਚ ਉਹਨੇ ਇੱਕ ਪੂਰਾ ਇੱਕ ਅੰਕ ਕੱਢਿਆ ਇੱਕ ਐਡੀਸ਼ਨ ਕੱਢੀ ਔਰ ਫਰੰਟ ਪੇਜ ਤੇ ਸੀ ਸਿੱਖ ਔਨ ਦਾ ਕ੍ਰੋਸ ਰੋਡਸ ਕਿ ਸਿੱਖ ਚੁਰਾਏ ਤੇ ਔਰ ਉਹਨੇ ਅੰਦਰ ਜਾ ਕੇ ਇੱਕ ਪੂਰਾ ਆਰਟੀਕਲ ਔਰ ਹੋਰ ਵੀ ਬਹੁਤ ਸਾਰੇ ਕਿ ਵੀ ਜਿਸ ਤੇਜ਼ੀ ਨਾਲ ਸਿੱਖਾਂ ਦੇ ਵਿੱਚ ਗਰਾਵਟ ਆ ਰਹੀ ਹੈ ਉਹਨੇ ਕਿਹਾ ਸੀ ਕਿ ਅਗਲੇ 20 ਸਾਲਾਂ 'ਚ ਜਿਹੜਾ ਸਿੱਖ ਦਾ ਜ਼ਿਕਰ ਉਹ ਮਿਊਜ਼ੀਅਮ ਦੇ ਵਿੱਚ ਹੀ ਉਹਨਾਂ ਦੇ ਇਮੇਜ ਪਏ ਹੋਣਗੇ ਸਿੱਖ ਐਗਜ਼ਿਸਟ ਨਹੀਂ ਕਰਨਗੇ ਜਿਸ ਤੇਜ਼ੀ ਦੇ ਨਾਲ ਲੇਕਨ ਉਹੀ ਖੁਸ਼ਵੰਤ ਸਿੰਘ ਬੇਸ਼ੱਕ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਆਪਣਾ ਪਦਮ ਪੂਸ਼ਣ ਵੀ ਛੱਡਦਾ ਦੂਜਾ ਵੀ ਛੱਡਦਾ ਪਿੰਡਰਾਵਾਲਿਆਂ ਪ੍ਰਤੀ ਭਾਵੇਂ ਉਹਨੇ ਪਹਿਲਾਂ 네ਗੇਟਿਵ ਲਿਖਿਆ ਪਰ ਜਿਉਂ ਹੀ ਉਹ ਹੋ ਕੇ ਹਟਦਾ ਜੂਨ ਦਾ ਘੱਲੂਕਾਰ ਆ ਫਿਰ ਉਹੀ ਇੰਟਰਵਿਊ ਦੇ ਰਿਹਾ ਬੀਬੀਸੀ ਨੂੰ ਕਿ ਵੈਨ ਦਾ ਟਾਈਮ ਕੇਮ ਹੀ ਫੌਟ ਲਾਈਕ ਅ ਟਾਈਗਰ ਉਹ ਕਹਿ ਰਿਹਾ ਔਰ ਤੁਸੀਂ 84 ਤੋਂ ਬਾਅਦ ਰਿਵਾਈਵਲ ਜੇ ਦੇਖਣੀ ਹੈ ਔਰ ਇਹ ਹੈ ਜਦੋਂ ਕਿਸੇ ਨੇ ਇਸ ਇਸਲਾਮਿਕ ਜਿਹੜੀ ਰੈਨੇਸੈਂਸ ਦੀ ਗੱਲ ਕੀਤੀ ਸੀ ਔਰ ਇਹ ਜਿਹੜਾ ਉਸ ਸਾਡੇ ਖਿੱਤੇ ਦੇ ਸ਼ਾਇਰ ਦੀ ਗੱਲ ਹੈ ਬਹੁਤ ਵਾਰ ਅਲਾਮਾ ਇਕਬਾਲ ਨਾਲ ਇਸ ਨੂੰ ਜੋੜਿਆ ਜਾਂਦਾ ਹੈ ਪਰ ਉਹਨਾਂ ਦਾ ਨਹੀਂ ਹੈ ਔਰ ਇਹ ਲਾਈਨ ਹੈ ਕਿ ਇਸਲਾਮ ਜ਼ਿੰਦਾ ਹੁੰਦਾ ਹੈ ਹਰ ਕਰਬਲਾ ਕੇ ਬਾਦ ਬਿਲਕੁਲ ਕਿ ਕਰਬਲਾ ਜ਼ਿੰਦਾ ਕਰਦੀ ਹੁਣ ਹੁਣ ਇਹੀ ਜਦੋਂ ਅਸੀਂ ਜੂਨ 84 ਦਾ ਘੱਲੂਕਾਰਾ ਜਿਹਦੇ ਵਿੱਚ ਉਹਨਾਂ ਨੇ ਅਕਾਲ ਤਖਤ ਢਾ ਦਿੱਤਾ ਹੈ ਹਜ਼ਾਰਾਂ ਬੇਗੁਨਾਹ ਮਾਰ ਦਿੱਤੇ ਟੈਂਕਾਂ ਥੋਪਾਂ ਨਾਲ ਉਹ ਸਮਝਦੇ ਸੀ ਕਿ ਸਿੱਖਾਂ ਨੂੰ ਅਸੀਂ ਸਬਕ ਸਿਖਾ ਦਿੱਤਾ ਪਰ ਕਿਵੇਂ ਉਸ ਚੋਂ ਫੇਰ ਉਭਾਰ ਹੋਇਆ ਇੰਦਰਾ ਗਾਂਧੀ ਸਜ਼ਾ ਯਾਪਤਾ ਹੋਈ ਫੌਜਾਂ ਚਾੜਨ ਵਾਲਾ ਜਰਨਲ ਵੈਦਿਆ ਹੋਇਆ ਕਿਉਂਕਿ ਸਿੱਖ ਕੌਮ ਦੇ ਕੰਨਾਂ 'ਚ ਇਹ ਲਫ਼ਜ਼ ਗੂੰਜਦੇ ਸੀ ਚੰਗੀ ਤਰ੍ਹਾਂ ਅਜ ਵੀ ਗੂੰਜਦੇ ਨੇ ਕਿ ਪਹਿਲਾ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਔਰ ਦੂਸਰਾ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਪਰ ਬਰਾਬਰ ਦੇ ਸ਼ਹਿਰੀ ਬਣ ਕੇ ਇਹਨਾਂ ਨੇ ਦੇਖਣਾ ਹੈ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪੈ ਖਾਲਸਾਤਾਨ ਦੀ ਨੀਂ ਰੱਖੀ ਜਾਵੇਗੀ ਬਿਲਕੁਲ ਔਰ ਜਿਵੇਂ ਅੱਜ ਫਤਿਹਗੜ੍ਹ ਸਾਹਿਬ ਦੇ ਕਟ ਸੀ ਕਿ ਭਾਈ ਅਸੀਂ ਉਸ ਨੀਂਦ ਦੇ ਉੱਤੇ ਬਹੁਤ ਸਾਰੀ ਉਸਾਰੀ ਕਰ ਦਿੱਤੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਅੱਜ ਜੇ ਹਿੰਦੁਸਤਾਨ ਦੀ ਹਕੂਮਤ ਮੋਦੀ ਹਕੂਮਤ ਠੀਕ ਹੈ ਪੈਨ ਇੰਡੀਆ ਕਿਸਾਨ ਮੂਵਮੈਂਟ ਇਹ ਉਹ ਪਰ ਤੁਸੀਂ ਉਹਨਾਂ ਦੀ ਸਾਰੀ ਸਟ੍ਰੈਟਜੀ ਦੇਖੋ ਉਹ ਸਿੱਖ ਕੌਮ ਦੇ ਖਿਲਾਫ ਲੜ 36 ਸਾਲ ਪਹਿਲਾਂ ਕਹਿੰਦੇ ਸੀ ਕਿ ਸਿੱਖਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਉੱਠਣਗੇ ਨਹੀਂ 36 ਸਾਲ ਬਾਅਦ ਉਹ ਹਿੰਦੂਤਵਾਦ ਦਾ ਰੱਥ ਜਿਹੜਾ ਕਿਤੇ ਨਹੀਂ ਰੁਕਿਆ ਪਿਛਲੇ 6-7 ਸਾਲ ਤੋਂ ਸਖਾ ਨੇ ਰੋਕੇ ਇੱਕ ਪਾਸੇ ਉਹ ਆਪਣੀ ਉਹੀ ਫੌਜ ਜਿਸ ਨੂੰ 72 ਘੰਟੇ ਲੋਹੇ ਦੇ ਚਣੇ ਚਬਾਏ ਉਹਨੂੰ ਲੈ ਕੇ ਉਹ ਉੱਥੇ ਜਿਹੜਾ ਉਹ ਰਾਜਪਥ ਦੇ ਉੱਤੇ ਸਲਾਮੀ ਲੈ ਰਹੇ ਸੀ ਤੇ ਉਸੇ ਦਿੱਲੀ ਚ ਕੁਝ ਕਿਲੋਮੀਟਰ ਦੂਰ ਲਾਲ ਕਿਲੇ ਦੇ ਉੱਤੇ ਸਿੱਖ ਨੌਜਵਾਨ ਕੇਸਰੀ ਪਰਚਮ ਲਹਿਰਾ ਰਹੇ ਸੀ ਇਹ ਦੱਸਿਆ ਵੀ ਦਿੱਲੀ ਅੱਜ ਵੀ ਤੁਹਾਡੀ ਜਿਹੜੀ ਹੈ ਸਾਡੇ ਪੈਰਾਂ ਥੱਲੇ ਵੱਖਰੀ ਗੱਲ ਹੈ ਕਿ ਇੱਕ ਕੋਵਿਡ ਕਿਸਮ ਦੇ ਲੋਕ ਜਿਨ੍ਹਾਂ ਨੂੰ ਉਦੋਂ ਵੀ ਲੱਗਦਾ ਸੀ ਜਦੋਂ ਸਿੱਖ ਰੈਵਿਊਲੂਸ਼ਨ ਸ਼ੁਰੂ ਹੋਇਆ ਜਾਂ ਦਸਵੇਂ ਪਾਤਸ਼ਾਹ ਦਾ ਤੁਸੀਂ ਅੱਜ ਵੀ ਅਨੰਦਪੁਰ ਸਾਹਿਬ ਦੇਖੋ ਕਿ ਭਾਈ ਇਹ ਕਿਸ ਲੈਵਲ ਦਾ ਚੈਲੰਜ ਹੈ ਉਹਨਾਂ ਨੂੰ ਲੱਗਦਾ ਸੀ ਕਿ ਕਿੰਨਾ ਵੱਡਾ ਪੰਗਾ ਹੈ ਕੀ ਹੋਏਗਾ ਪਰ ਇਹ ਜ਼ੁਲਮ ਕਰਨ ਵਾਲੇ ਜਿਵੇਂ ਦਸਵੇਂ ਪਾਤਸ਼ਾਹ ਨੇ ਜ਼ਫਰਨਾਮੇ ਚ ਕਿਹਾ ਸੀ ਕਿ ਭਾਈ ਇਹ ਇਹ ਅੰਗਿਆਰ 부ਝਾ ਦੇਣ ਦੇ ਨਾਲ ਗੱਲ ਮੁੱਕਦੀ ਨਹੀਂ ਖਾਲਸਾ ਭੰਬੜ ਹੈ ਔਰ ਉਹਦਾ ਹਿਸਾਬ ਕਿਤਾਬ ਲਏਗਾ ਔਰ ਇਤਿਹਾਸ ਨੇ ਉਦੋਂ ਵੀ ਦੇਖਿਆ ਅੱਜ ਵੀ ਦੇਖਿਆ ਔਰ ਜਿੱਥੇ ਉਹਨਾਂ ਦੋਨਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਔਰ ਇਸ ਇਕੱਠ ਦੇ ਵਿੱਚ ਜਿਹੜੇ ਨੇ ਮੁਸਲਮਾਨ ਨੁਮਾਇੰਦੇ ਵੀ ਸਨ, ਇਸਾਈਆਂ ਦੇ ਨੁਮਾਇੰਦੇ ਵੀ ਸਨ ਔਰ ਜਿਹੜਾ ਮਾਹੌਲ ਸੀ ਉਹ ਸੈਲੀਬ੍ਰੇਸ਼ਨ ਵਾਲਾ ਸੀ ਕਿ ਲਾਲ ਕਿਲੇ ਤੇ ਝੰਡਾ ਚੁਲਾਣਾ ਇਹ ਦੀ ਸੈਲੀਬ੍ਰੇਸ਼ਨ ਹੈ ਔਰ ਇਹ ਵੀ ਐਲਾਨ ਕੀਤਾ ਗਿਆ ਸਤ ਸਮਜੀਤ ਸਿੰਘ ਮਾਨ ਜਿਨ੍ਹਾਂ ਦੀ ਕਨਕਲੂਡਿੰਗ ਸਪੀਚ ਸੀ ਉਹਨਾਂ ਨੇ ਇਹ ਕਿਹਾ ਕਿ ਭਾਈ ਜੇ ਇਹ ਮੰਨ ਲਓ ਕਿ ਭਾਈ ਇਹ ਝੰਡਾ ਚੁਲਾਣਾ ਗੁਨਾਹ ਹੈ ਤੇ ਇਹ ਝੰਡਾ ਮੈਂ ਚੁਲਾਇਆ ਫਿਰ ਉਹਨਾਂ ਨੇ ਸਾਰੀ ਸੰਗਤੋਂ ਪ੍ਰਣ ਲਿਆ ਉਹਨਾਂ ਨੇ ਕਿਹਾ ਆਪਣੇ ਆਪਣਾ ਨਾਮ ਲੈ ਕੇ ਕਹੋ ਹੋਰ ਉਹਨਾਂ ਨੇ ਕਿਹਾ ਵੀ 10 ਦਿਨ ਦੇ ਅੰਦਰ ਅੰਦਰ ਜਿਨ੍ਹਾਂ ਦੇ ਉੱਤੇ ਕੇਸ ਪਾਏ ਨੇ ਜਿਹੜੇ ਨਾਮ ਉਹਨਾਂ ਨੂੰ ਛੱਡਿਆ ਤੇ ਸੱਤ ਸੱਤ ਸਿੰਘਾਂ ਦਾ ਜਥਾ ਜਿਹੜਾ ਉਹ ਜਾਏਗਾ ਮੋਦੀ ਨੂੰ ਦੱਸਣ ਕਿ ਭਾਈ ਅਸੀਂ ਨਿਸ਼ਾਨ ਸਾਹਿਬ ਚੁਲਾਇਆ ਕਰੋ ਤੁਸੀਂ ਸਾਡੇ ਨਾਲ ਕੀ ਕਰਨਾ ਸੋ ਇਹ ਜਿਹੜੀ 인 डोਮਿਟੇਬਲ ਸਪਿਰਟ ਡਿਫਾਇੰਸ ਔਰ ਇਨੀ ਵੱਡੀ ਗਿਣਤੀ ਦੇ ਵਿੱਚ ਪਾਰਟਿਸਪੇਸ਼ਨ ਇਹ ਦੱਸਦੀ ਹੈ ਕਿ ਸਾਡੀ ਖਾਲਸਾਤਾਨ ਦੀ ਸਟਰਗਲ ਠੀਕ ਹੈ ਕਮਜ਼ੋਰ ਦੇ ਲੋਕ ਵੀ ਔਰ ਲਾਲ ਕਿਲੇ ਵਾਲੇ ਤੋਂ ਬਾਅਦ ਕੁਝ ਕਾਮਰੇਡੀ ਕਿਸਮ ਦੇ ਉਹਨਾਂ ਨੂੰ ਕਾਮਰੇਡਾ ਨੂੰ ਵੀ ਰਗੜੇ ਦਿੱਤੇ ਮਾਨ ਸਾਹਿਬ ਉਹਨਾਂ ਨੇ ਕਿਹਾ ਜੀ ਤੁਹਾਨੂੰ ਕੋ ਪੁੱਛਦਾ ਨਹੀਂ ਕੋਈ ਤੁਹਾਨੂੰ ਮੁਨਕਰ ਕਹਿੰਦਾ ਕੋਈ ਦੂਜਾ ਕਹਿੰਦਾ ਕੋਈ ਨਾਸਤਕ ਕਹਿੰਦਾ ਇਹੀ ਸਿੱਖੀ ਦਾ ਘਾਰ ਗੁਰੂ ਦਾ ਹੈ ਜਿਹੜਾ ਹਰੀ ਨੂੰ ਘੜਨ ਲਾਂਦਾ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੀ ਜ਼ਮੀਨਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਭੁੱਲ ਗਿਆ ਵੀ ਇਹੀ ਕੇਸਰੀ ਝੰਡਾ ਹੈ ਜਿਹਦੇ ਥੱਲੇ ਬੰਦਾ ਸਿੰਘ ਬਹਾਦਰ ਨੇ ਜ਼ਮੀਨ ਵਾਉਣ ਵਾਲਿਆਂ ਨੂੰ ਜ਼ਮੀਨ ਦਾ ਮਾਲਕ ਬਣਾਇਆ ਸੀ ਬੰਦਾ ਸਿੰਘ ਬਹਾਦਰ ਨੇ ਔਰ ਇਹ ਕੇਸਰੀ ਪਰਚਮ ਹੀ ਚੁਲਾਇਆ ਸੀ ਔਰ ਇਹ ਜਿਹੜਾ ਪਾਰਟ ਹੈ ਮੈਂ ਸਮਝਦਾ ਕਿ ਵੀ ਇਹ ਇੱਕ ਰਿਮਾਈਂਡਰ ਵੀ ਹੈ ਔਰ ਇਹ ਸਾਰੇ ਚ ਜੇ ਇੱਕ ਪਾਸੇ ਪੰਜਾਬ ਦੀ ਕਿਸਾਨ ਲੀਡਰਸ਼ਿਪ ਜਿਹੜੀ ਬਿਲਕੁਲ ਆਪਣੀ ਅਸਲ ਨਾਲੋਂ ਭੱਜ ਕੇ ਉਹਦੇ ਜਿਹੜਾ ਰਕੇਸ਼ ਟਕੈਤ ਚੋਂ ਆਪਣਾ ਲੱਭ ਰਹੀ ਸੀ ਕੰਸੋਲੇਸ਼ਨ ਉਨਾਂ ਨੂੰ ਲੱਗਦਾ ਸੀ ਕਿ ਉਹ ਅਸੀਂ ਤਾਂ ਡੁੱਬ ਚਲੇ ਸੀ ਪਰ ਮੈਂ ਸਮਝਦਾ ਵੀ ਫਤੇਗੜ ਸਾਹਿਬ ਦੇ ਇਕੱਠ ਜਿਹੜਾ ਹੈ ਇਹ ਨੇ ਇੱਕ ਰਿਮਾਈਂਡਰ ਦਿੱਤਾ ਹੈ ਕਿ ਭਾਈ ਇਹ ਲਾਲ ਕਿਲੇ ਤੇ ਝੰਡਾ ਚੁਲਾਉਣ ਵਾਲਿਆਂ ਦੇ ਵੀ ਵਾਰਿਸ ਨੇ ਔਰ ਉਹ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਚੋਰੇ ਜਦੋਂ ਉੱਥੇ ਜਕਾਰੇ ਔਰ ਨਾਰੇ ਜਿਹੜੇ ਉਹ ਗੂੰਜੇ ਔਰ ਉਹ ਜਿਹੜੇ ਜੇਲਾਂ ਚ ਬੈਠੇ ਨੇ ਇਸੋੜੇ 200 ਦੇ ਕਰੀਬ ਨੌਜਵਾਨ ਜੇਲਾ ਚ ਨੇ ਦੀਪ ਸਿੱਧੂ ਉਹ ਜਿਹੜੇ ਉਹਨਾਂ ਨੂੰ ਗ੍ਰਫਤਾਰ ਕੀਤਾ ਹੈ ਪੁਲਿਸ ਟਾਰਚਰ ਚੱਲ ਰਿਹਾ ਹੈ ਔਰ ਬੁਰੀ ਤਰ੍ਹਾਂ ਟਾਰਚਰ ਕੀਤਾ ਜਾ ਰਿਹਾ ਹੈ ਪਰ ਇਹ ਅਲਟੀਮੇਟਲੀ ਜਿਹੜੀ ਸੰਗਤ ਦੀ ਦੁਆ ਅਰਦਾਸ ਵੀ ਹੁੰਦੀ ਹੈ ਔਰ ਡਿਫਾਇੰਸ ਵੀ ਕਿ ਸਾਡੇ ਪਿੱਛੇ ਕੌਮ ਖੜੀ ਹੈ ਪਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ 5 ਮਿੰਟ ਦੀ ਉਹ ਵੀਡੀਓ ਹੈ ਜਿਹੜੀ ਅੱਜ ਫਤੇਗੜ ਸਾਹਿਬ ਦੇ ਕਾਟ ਨਾਲ ਸੰਬੰਧਿਤ ਹੈ ਉਹ ਜ਼ਰਾ ਦਿਖਾ ਦੇ ਜੰਮਣ ਤੇ ਮਰਨ ਬਿਰਲੇ ਪੈਦਾ ਹੁੰਦਾ ਏ ਕਦੇ ਅਨਸਾਨ ਕੋਈ ਦੇਸ਼ ਕੌਮ ਤੇ ਬਦਨ ਦੀ ਅਣਖ ਵادله ਵਾਰ ਦੇਂਦਾ ਏ ਸੂਰਮਾ ਜਾਨ ਕੋਈ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਐਲਾਨ ਕਰਦਾ ਕਿ ਜਿਹੜੇ ਨਿਸ਼ਾਨ ਸਾਹਿਬ ਲਾਲ ਕਿਲੇ ਦੇ ਉੱਤੇ ਚੜਾਏ ਗਏ ਐ ਉਹ ਮੈਂ ਚੜਾਏ ਐ ਪਿੰਡਾਂ ਵਾਲੇ ਜਿੰਦਾਬਾਦ ਸ੍ਰੀ ਅੰਤਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ ਜੈਕਾਰਾ ਲਗਾਓ ਖਾਲਸਾ ਜੇ 10 ਦਿਨਾਂ ਦੇ ਅੰਦਰ ਮੋਦੀ ਸਰਕਾਰ ਨੇ ਇਹ ਸਿੰਘਾਂ ਦੇ ਉੱਤੇ ਮਕਦਮੇ ਨਾ ਵਾਪਸ ਲਏ ਤਾਂ ਫੇਰ ਅਸੀਂ ਸਤ ਸਿੱਖ ਇਸੇ ਗੁਰਦੁਆਰਾ ਸਾਹਿਬ ਤੋਂ ਮੋਦੀ ਸਾਹਿਬ ਦੇ ਦਫ਼ਤਰ ਪਹੁੰਚਾਂਗੇ ਕਿ ਕਰ ਲੋ ਜੋ ਕੁਝ ਕਰਨਾ ਟੰਡਾ ਸਿਚੜਾਇਆ ਬੋਲੇ ਈਸਾਨ ਹਾ ਜਿੰਦਾਬਾਦ ਹਰਿ ਸਾਹਿਬ ਜਿੰਦਾਬਾਦ ਹਰਿ ਸਾਹਿਬ ਜਿੰਦਾਬਾਦ ਮੈਂ ਆਸ ਕਰਦਾ ਹਾਂ ਕੀ ਅੱਜ ਤੋਂ ਬਾਅਦ ਸਾਡਾ ਜਿਹੜਾ ਕਿਸਾਨਾਂ ਦਾ ਜਦੋਂ ਜਦ ਚੰੜ ਰਹੀ ਹੈ ਇਹ ਹੋਰ ਪਾਪ ਫੜੂਗਾ ਔਰ ਖੇਤ ਦੇ ਵਿੱਚ ਸਾਡੀ ਜਿੱਤ ਹੋਊਗੀ ਕੋਈ ਵੀ ਜਿਹੜੇ ਸੰਘਰਸ਼ ਦੇ ਵਿੱਚ ਲੱਗੇ ਹੋਏ ਐ ਜਦੋਂ ਜੈਦ ਦੇ ਵਿੱਚ ਉਹਨਾਂ ਦੇ ਖਿਲਾਫ ਗੱਲ ਕਰਨੀ ਠੀਕ ਨਹੀਂ ਹੈ ਤੁਹਾਨੂੰ ਜਿਦੋਂ ਪਤਾ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਨੇ ਅੰਤਮ ਬਚਣੇ ਹੀ ਕੀਤੇ ਸੀ ਕਿ ਜਦੋਂ ਹਿੰਦ ਦੀ ਫੌਜ ਦਰبار صاحب ਦੇ ਉੱਤੇ ਹਮਲੇ ਤੇ ਆਊਗੀ ਖਾਲਸਪੁਰ ਦਾ ਨੀ ਪੱਥਰ ਰੱਖਿਆ ਜਾਊਗਾ ਸੁਭਾਨ ਅੱਲਾਹ ਮਰਦਾਨਾ ਜਿੰਦਾਬਾਦ ਜਿੰਦਾਬਾਦ ਸੁਭਾਨ ਅੱਲਾਹ ਜਿੰਦਾਬਾਦ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਖਾਲਸਪੁਰ ਦੀ ਇਮਾਰਤ ਬਣਾਈ ਜਾ ਰਹੇ ਹਾਂ ਤਕਲੀਫਾਂ ਬਹੁਤ ਐ ਪਰ ਦੇਖ ਤਕਲੀਫਾਂ ਨੂੰ ਦੂਰ ਕਰਦੇ ਹਿਆ ਜੋ ਇਕੱਠਾ ਅੱਜ ਐ ਇਹ ਦਿੱਲੀ ਤੇ ਜਿਹੜੇ ਸਾਡੇ ਲੀਡਰ ਕਿਸਾਨਾਂ ਦੀ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਦੇ ਤਖਤਾਂ ਦੇ ਜਥੇਦਾਰ ਸਾਹਿਬ एस जी पी सी के ना रहो अगे आओ कह दो कि ये झंडा जगराज सिंह ते भाई जगतार सिंह गुरजंत सिंह जगराज सिंह ते गुरज सिंह ने नहीं चढ़ाया ਤਖਤਾਂ ਦੇ ਉਹ ਜਥੇਦਾਰੋ ਕਹਦੋ ਅਸੀਂ ਚੜਾ ਹੁਣ ਅੱਗੇ ਲੱਗੋ ਅੱਗੇ ਹੁਣ ਪਿੱਛੇ ਵੇਖਣ ਦਾ ਸਮਾਂ ਨਹੀਂ ਹੈ ਕੌਮ ਨੂੰ ਲੋੜ ਹੈ ਤੁਹਾਡੀ ਸੋ ਮੈਂ ਅਸ ਕਰਦਾ ਕਿ ਜਿਹੜਾ ਇੰਨਾ ਵੱਡਾ ਕੱਟ ਤੁਸੀਂ ਕੀਤਾ ਇਹਦਾ ਫਲ ਕੌਮ ਨੂੰ ਮਿਲੂਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਇੱਕ ਇੱਕ ਨੂੰ ਮੈਂ ਵਧਾਈ ਦਿਨੈ ਤੇ ਆਸ ਕਰਦਾ ਕਿ ਆਪਣੀ ਚੜ੍ਹਾਈ ਹੋਊਗੀ ਔਰ ਫਤਿਹ ਹੁਣ ਜ਼ਰੂਰ ਹੋਣੀ ਚਾਹੀਦੀ ਹੈ